ਇਹ ਨਨੇੜੇ ਪਿੰਡ ਦੇ ਵਿੱਚ ਬਾਬਾ ਮੁਨੀ ਜੀ ਮਹਾਰਾਜ ਜੀ ਦੀ ਗਊਸ਼ਾਲਾ ਬਣੀ ਹੋਈ ਹੈ। ਹਾਂਜੀ ਕੋਈ ਗੱਲ ਨਹੀਂ। ਕਿੱਥੋਂ ਆਏ ਹੋ ਤੁਸੀਂ? ਅਸੀਂ ਅੱਗੇ ਤੋਂ। ਹਾਂਜੀ ਠੀਕ ਹੈ ਸਰ, ਤੁਸੀਂ ਅੱਡੇ ਤੁਹਾਡੀ ਲੇਡੀਜ਼ ਪੂਰੀ ਮੰਡਲੀ ਸੰਗੀਤ ਦੇ ਤੌਰ ਤੇ ਇੱਥੇ ਪਹੁੰਚੀ ਹੈ। ਹਾਂਜੀ ਹਾਂਜੀ। ਤੁਸੀਂ ਕੀ ਲੋਕਾਂ ਨੂੰ ਕਹਿਣਾ ਚਾਹੋਗੇ? ਜੋ ਸੇ ਕਹਿਣਾ ਚਾਹਾਂਗੇ ਲੋਕਾਂ ਨੂੰ ਜੀ, ਗਊਆਂ ਬੇਸਹਾਰਾ ਨੇ ਜੀ, ਇਹਨਾਂ ਦੀ ਸੇਵਾ ਕਰਨ, ਵੱਧ ਤੋਂ ਵੱਧ ਸੇਵਾ ਕਰਨ ਜੀ ਗਊਆਂ ਵਾਸਤੇ, ਗਊਆਂ ਨੂੰ ਯੋਗਦਾਨ ਪਾਉਣ ਜੀ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸਾਰੀ ਲੇਡੀਜ਼ ਨੂੰ, ਸਾਰੇ ਸਮਾਜ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ। ਠੀਕ ਹੈ, ਬੇਸਹਾਰਾ ਨਾ ਗਊਆਂ ਫਿਰਨ ਜੀ। ਗੁਰਦਿਆਲਪੁਰੇ ਬੀੜ 'ਚ ਵੀ ਗਊਆਂ ਬਹੁਤ ਨੇ ਜੀ, ਉਹਨਾਂ ਵਾਸਤੇ ਵੀ ਕਰਨ। ਅੱਛਾ ਹਾਂਜੀ, ਅਸੀਂ ਆਪ ਘਰ ਘਰ ਜਾ ਕੇ ਕੀਰਤਨ ਕਰਦੇ ਹਾਂ ਜੀ, ਅਸੀਂ ਗਊਆਂ ਵਾਸਤੇ ਹੀ ਕਰਦੇ ਹਾਂ, ਅਸੀਂ ਗਊਆਂ ਨੂੰ ਹੀ ਦਿੰਦੇ ਹਾਂ, ਅਸੀਂ ਆਪ ਦਾ ਵੀ ਯੋਗਦਾਨ ਪਾਉਂਦੇ ਹਾਂ ਜੀ ਗਊਆਂ ਨੂੰ। ਹਾਂਜੀ, ਜੋ ਇਹ ਅੱਗੇ ਤੋਂ ਆਏ ਤੁਸੀਂ ਜਿਹੜੀ ਮੰਡਲੀ ਬਣਾਈ ਹੋਈ ਤੁਸੀਂ ਲੇਡੀਜ਼ ਮੰਡਲੀ, ਵੀ ਕਿੰਨੇ ਕਾਫੀ ਟਾਈਮ ਤੋਂ ਬਣਾਈ ਹੋਈ ਹੈ ਤੁਸੀਂ? ਹਾਂਜੀ ਸਾਡੀ ਕਾਫੀ ਟਾਈਮ ਹੋ ਗਈ ਮੰਡਲੀ ਬਣੀ ਨੂੰ। ਠੀਕ ਹੈ। ਹਾਂਜੀ, ਅਸੀਂ ਜਿੰਨਾ ਵੀ ਪੈਸਾ ਹੁੰਦਾ 1-1 ਰੁਪਿਆ ਅਸੀਂ ਆਪਣਾ ਵੀ ਯੋਗਦਾਨ ਹਰ ਇੱਕੋ 'ਚ ਅਸੀਂ ਗਊਸ਼ਾਲਾ ਨੂੰ ਹੀ ਦਿੰਦੇ ਹਾਂ ਜੀ। ਠੀਕ ਹੈ, ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਵੀ ਜੋ ਵੀ ਤੁਹਾਨੂੰ ਪੈਸਾ ਬਣਦਾ ਨਾ ਤੁਸੀਂ ਗਊਸ਼ਾਲਾ ਨੂੰ ਦਾਨ ਕਰਦੇ ਹੋ, ਇਹ ਬਹੁਤ ਵਧੀਆ ਤੁਹਾਡਾ ਉਪਰਾਲਾ ਹੈ ਜੀ। ਹਾਂਜੀ, ਅਸੀਂ ਚਾਹੀ 2 ਲੱਖ ਬਣੇ, 3 ਲੱਖ ਬਣੇ ਜੀ, ਅਸੀਂ ਗਊਆਂ ਵਾਸਤੇ ਹੀ ਦਾਨ ਕਰਦੇ ਹਾਂ, ਅਸੀਂ ਆਪਦਾ 1-1 ਰੁਪਿਆ ਜਿੰਨਾ ਵੀ ਸਮਾਜ ਦਾ ਜਾਂਦਾ ਜੀ ਸਾਡਾ ਗਊਸ਼ਾਲਾ ਹੀ ਜਾਂਦਾ।
ਠੀਕ ਹੈ, ਤੁਹਾਨੂੰ ਦੇਖ ਕੇ ਦੂਜੀਆਂ ਲੇਡੀਜ਼ਾਂ ਵੀ ਬਹੁਤ ਜਾਗਰੂਕ ਹੋ ਰਹੀਆਂ ਨੇ, ਹੈ ਨਾ? ਬਹੁਤ ਜ਼ਿਆਦਾ ਜੀ ਹੋ ਰਹੀਆਂ ਨੇ, ਧੰਨਵਾਦ ਕਰਦੀ ਹਾਂ ਮੈਂ ਸਭ ਦਾ ਜਿਹੜੇ ਸਾਡੇ ਨਾਲ ਲੱਗਦੀਆਂ ਨੇ ਜੀ। ਠੀਕ ਹੈ ਠੀਕ, ਹਾਂਜੀ ਥੈਂਕ ਯੂ ਜੀ। ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਘੱਗਾ। ਅੱਜ ਆਪਾਂ ਪਹੁੰਚੇ ਹਾਂ ਪਿੰਡ ਨਨੇੜੇ, ਜੋ ਹਰ ਸਾਲ ਦੀ ਤਰ੍ਹਾਂ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੱਥੇ ਬਾਬਾ ਮੁਨੀ ਜੀ ਦੀ ਯਾਦ ਵਿੱਚ ਇੱਥੇ ਲੰਗਰ ਲਗਾਇਆ ਜਾਂਦਾ ਹੈ, ਗਊ ਸੇਵਾ ਕੀਤੀ ਜਾਂਦੀ ਹੈ। ਆਪਣੇ ਨਾਲ ਕੁਛ ਪ੍ਰਬੰਧਕ ਇੱਥੇ ਕਮੇਟੀ ਦੇ ਜੁੜੇ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਰ ਕੀ ਨਾਂ ਹੈ ਜੀ ਆਪਣਾ? ਭੀਮ ਸਿੰਘ ਜੀ। ਹਾਂਜੀ, ਇਹ ਹੀ ਸਾਡੇ ਨਾ ਬੇਸਹਾਰਾ ਗਊਆਂ ਗਿਰਦਿਆਲਪੁਰਾ ਬੀੜ, ਜੋ ਉਹਨਾਂ ਦਾ ਕੋਈ ਸਹਾਰਾ ਨਹੀਂ ਤਾ ਜੀ। ਇਹ ਸਾਡੇ ਸੰਤ ਬਾਬਾ ਜੀ ਮੁਨੀ ਜੀ ਇੱਥੇ ਆਏ, ਉਹਨਾਂ ਨੇ ਸਾਨੂੰ ਜੋੜਿਆ ਨਾਲ ਹੀ, ਅਸੀਂ ਨਾਲ ਜੁੜੇ ਅਤੇ ਗਊਆਂ ਵਾਸਤੇ ਉਪਰਾਲਾ ਕੀਤਾ ਗਿਆ ਜੀ, ਜੋ ਬੇਸਹਾਰਾ ਗਊਆਂ ਵਾਸਤੇ ਹੀ ਇਹ ਸਾਰਾ ਉਪਰਾਲਾ ਕਰਿਆ ਗਿਆ। ਅਸੀਂ ਇਹੀ ਬੇਨਤੀ ਕਰਦੇ ਹਾਂ ਸੰਗਤ 'ਚ ਲਵੇ ਲਾਣੇ ਜਿੰਨੀ ਵੀ ਸੰਗਤ ਆ ਜੀ, ਵੀ ਸਾਨੂੰ ਵੱਧ ਤੋਂ ਵੱਧ ਤੂੜੀ ਅਤੇ ਕਣਕ ਦਾਨ ਦਿਓ ਜੀ, ਜੋ ਅਸੀਂ ਇਹਨਾਂ ਗਊਆਂ ਦੀ ਸੇਵਾ ਕਰਦੇ ਰਹੀਏ। ਬਾਬਾ ਖੁਸ਼ਹਾਲਪੁਰੀ ਜੀ, ਉਹਨਾਂ ਨੇ ਬਹੁਤ ਜ਼ਿਆਦਾ ਉਪਰਾਲਾ ਕਰ ਰੱਖਿਆ ਜੀ, ਉਹਨਾਂ ਨਾਲ ਅਸੀਂ ਐਵੇਂ ਜੁੜੇ ਰਹੀਏ ਜੀ। ਸਰ ਇੱਕ ਹੋਰ ਸਵਾਲ ਹੈ ਵੀ ਹੁਣ ਜਿਵੇਂ ਹੁਣ ਤੁਸੀਂ ਇੱਥੇ ਹਰ ਸਾਲ ਦੀ ਤਰ੍ਹਾਂ ਬਾਬਾ ਮੁਨੀ ਜੀ ਦੀ ਯਾਦ ਦੇ ਵਿੱਚ ਇੱਥੇ ਪ੍ਰੋਗਰਾਮ ਕੀਤਾ ਜਾਂਦਾ ਹੈ, ਲੰਗਰ ਲਗਾਇਆ ਜਾਂਦਾ, ਅਤੇ ਅੱਜ ਇੱਕ ਹੋਰ ਸੰਸਥਾ ਨੇ ਇੱਥੇ ਜਿਵੇਂ ਬਲੱਡ ਡੋਨੇਸ਼ਨ ਦਾ ਕੈਂਪ ਵੀ ਲਗਾਇਆ ਗਿਆ ਹੈ, ਹੈ ਨਾ, ਅੱਖਾਂ ਦਾ ਕੈਂਪ ਵੀ ਲਗਾਇਆ ਗਿਆ, ਅਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਜੀ, ਸਾਨੂੰ ਇਹ ਬਹੁਤ ਖੁਸ਼ੀ ਹੋਈ ਹੈ ਵੀ ਐਤਕੀ ਪਹਿਲੀ ਵਾਰ ਅਸੀਂ ਇਹ ਖੂਨਦਾਨ ਕੈਂਪ 21 ਤਰੀਕ ਨੂੰ ਤੀ, ਅੱਜ ਜੋ ਅੱਖਾਂ ਦਾ ਕੈਂਪ ਲੱਗ ਰਿਹਾ ਜੀ, ਇਹ ਗਊਸ਼ਾਲਾ ਵੱਲੋਂ ਹੀ ਗਊਆਂ ਵੱਲੋਂ ਬਹੁਤ ਵਧੀਆ ਕੰਮ ਹੋਇਆ ਜੀ, ਲੋਕਾਂ ਨੂੰ ਅੱਖਾਂ ਮਿਲਣਗੀਆਂ, ਚਾਨਣਾ ਮਿਲੇਗਾ ਜੀ, ਲੋਕਾਂ ਦਾ ਪੂਰਾ ਯੋਗਦਾਨ ਪੈ ਰਿਹਾ ਸਰ ਇੱਥੇ? ਹਾਂਜੀ ਹਾਂ, ਬਹੁਤ ਬਹੁਤ ਵਧੀਆ ਯੋਗਦਾਨ ਹੈ ਜੀ ਇਹ ਬਾਬਾ ਮੋਨੀ ਗਊ ਸੇਵਾ ਦਲ ਵੱਲੋਂ, ਬਾਬਾ ਡੇਰਾ ਬਾਬਾ ਝੰਡਾ ਨਾਥ ਜੀ ਵਿਖੇ ਬਾਬਾ ਮੋਨੀ ਜੀ, ਬਾਬਾ ਨਰਾਇਣਪੁਰੀ ਜੀ, ਬਾਬਾ ਖੁਸ਼ਹਾਲਪੁਰੀ ਜੀ ਦੇ ਆਸ਼ੀਰਵਾਦ ਸਦਕਾ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ। ਹਰ ਸਾਲ ਸਪਤਾਹ ਗਿਆਨ ਜੱਗ ਹੁੰਦਾ ਜੀ, ਪਰ ਐਤਕੀ ਉਸ ਦੇ ਨਾਲ ਅਸੀਂ ਸੋਸ਼ਲ ਵਰਕ, ਜਿਸ ਤਰ੍ਹਾਂ ਬਲੱਡ ਡੋਨੇਸ਼ਨ ਕੈਂਪ ਲਾਇਆ ਸੀ ਪਰਸੋਂ, ਅਤੇ ਅੱਜ ਅਸੀਂ ਅੱਖਾਂ ਦਾ ਕੈਂਪ ਲਾਇਆ, ਲਾਇਨਜ਼ ਕਲੱਬ ਪਾਤੜਾਂ ਦੇ ਸਹਿਯੋਗ ਨਾਲ ਅਸੀਂ ਜਿਹੜਾ ਕੈਂਪ ਲਾਇਆ, ਉਹਦਾ ਜਿਹੜਾ ਮਤਲਬ ਸਾਡਾ ਇਹ ਮਤਲਬ ਸਾਡਾ ਮਕਸਦ ਹੈ ਵੀ ਜਿਹੜਾ ਗਊ ਮਾਤਾ ਦੇ ਨਾਲ ਅਸੀਂ ਸੰਗਤਾਂ ਨੂੰ ਜੋੜੀਏ, ਅਤੇ ਗਊਆਂ ਦਾ ਆਧਾਰ ਹੋਵੇ, ਜਿਹੜੀਆਂ ਗੁਰਦਿਆਲਪੁਰਾ ਬੀੜ ਦੇ ਵਿੱਚ ਗਊਆਂ ਨੇ ਉਹ ਬੇਸਹਾਰਾ ਗਾਵਾਂ ਨੇ, ਵੀ ਉਹ ਕੋਈ ਵੀ ਗਾਂ ਭੁੱਖੀ ਨਾ ਮਰੇ ਜੀ। ਸਾਡਾ ਮਕਸਦ ਹੈ ਵੀ ਜਿਵੇਂ ਤੂੜੀ, ਕਣਕ, ਆਟਾ, ਜੋ ਵੀ ਕੋਈ ਦਾਨ ਦੇਣਾ ਚਾਹੁੰਦਾ, ਪੈਸੇ ਦਾਨ 'ਚ ਦੇਣਾ ਚਾਹੁੰਦਾ ਪੈਸੇ ਦੇ ਸਕਦਾ, ਜਾਂ ਕਣਕ ਜਾਂ ਤੂੜੀ ਕੋਈ ਵੀ, ਅਸੀਂ ਆਹ ਤੂੜੀ ਵਾਲਾ ਸਟੋਰ ਬਣਾਇਆ ਜੀ ਅਸੀਂ, ਮਤਲਬ ਇਲਾਕੇ ਦੇ ਸਹਿਯੋਗ ਨਾਲ, ਸਾਰੇ ਇਲਾਕੇ ਦੇ ਸਹਿਯੋਗ ਨਾਲ ਅਤੇ ਸੰਗਤਾਂ ਦੇ ਸਹਿਯੋਗ ਨਾਲ 60x120 ਦਾ ਸ਼ੈੱਡ ਬਣਾਇਆ ਜੀ, ਅਤੇ ਆਪਣਾ ਇਹ ਸਿਰਫ ਤੂੜੀ ਸਟੋਰ ਕਰਨ ਵਾਸਤੇ ਹੈ ਜੀ। ਠੀਕ ਹੈ ਜੀ, ਹਾਂਜੀ ਇਹੀ। ਠੀਕ ਹੈ ਠੀਕ ਹੈ, ਕੀ ਨਾਂ ਸੀਗਾ ਜੀ ਆਪਣਾ? ਮੇਰਾ ਨਾਂ ਕਮਲਜੀਤ ਸ਼ਰਮਾ ਜੀ, ਬਾਦਸ਼ਾਹਪੁਰ ਤੋਂ, ਬਾਬਾ ਮੋਨੀ ਗੋ ਸੇਵਾ ਦਲ ਦੇ ਅਸੀਂ ਮੈਂਬਰ ਹਾਂ ਜੀ। ਠੀਕ ਹੈ ਸਰ, ਤੁਸੀਂ ਜਿਹੜਾ ਉਪਰਾਲਾ ਕੀਤਾ ਇਹ ਬਲੱਡ ਡੋਨੇਸ਼ਨ ਕੈਂਪ ਦਾ, ਠੀਕ ਹੈ, ਅਤੇ ਅੱਖਾਂ ਦਾ ਕੀਤਾ, ਅਤੇ ਬਹੁਤ ਵਧੀਆ ਉਪਰਾਲਾ ਤੁਸੀਂ ਕੀਤਾ ਇਹ ਸਰ, ਤਾਂ ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹਦਾ ਸਿਹਰਾ ਮੇਨ ਸਾਡੇ ਪ੍ਰਧਾਨ ਨੇ ਜਿਹੜੇ ਮਨੀਸ਼ ਕੁਮਾਰ ਜੀ, ਰਕੇਸ਼ ਕੁਮਾਰ ਜੀ ਪਾਤੜਾਂ ਵਾਲੇ, ਇਹਨਾਂ ਨੂੰ ਬਾਕੀ ਆਸ਼ੀਰਵਾਦ ਸਾਡਾ ਸੰਤਾਂ ਦਾ ਹੀ ਆਸ਼ੀਰਵਾਦ ਜੀ, ਬਾਬਾ ਨਰਾਇਣਪੁਰ ਜੀ ਦਾ, ਬਾਬਾ ਖੁਸ਼ਹਾਲਪੁਰ ਜੀ ਦਾ, ਬਾਕੀ ਸਾਡੇ ਗੁਰੂ ਮਹਾਰਾਜ ਬਾਬਾ ਮੋਨੀ ਜੀ ਮਹਾਰਾਜ ਨੇ, ਉਹਨਾਂ ਦਾ ਹੀ ਸਹਿਯੋਗ ਆਸ਼ੀਰਵਾਦ ਸਦਕਾ ਇਹ ਜਿਹੜਾ ਉਪਰਾਲਾ, ਇਹ ਜੋ ਕੰਮ ਕੀਤਾ ਜਾ ਰਿਹਾ ਇਹ ਸਾਰਾ ਉਹਨਾਂ ਦੇ ਆਸ਼ੀਰਵਾਦ ਸਦਕਾ ਹੀ ਹੈ। ਹਾਂਜੀ ਠੀਕ ਹੈ।